ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰ ਵਿੱਚ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ ਅੱਜ ਦੀ ਇਸ ਕਲਾਸ ਦੇ ਵਿੱਚ ਮੈਂ 30 ਨੰਬਰ ਦਾ ਮੋਕ ਟੈਸਟ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਮਿਕਸ ਕੁਐਸਚਨ ਹੋਣਗੇ ਠੀਕ ਹੈ ਪੋਲਿਟੀ ਪੰਜਾਬ ਜੀਕੇ ਕਰੰਟ ਅਫੇਅਰ ਕੰਪਿਊਟਰ ਸਾਰੇ ਮਿਕਸ ਕੁਐਸਚਨ ਹੋਣਗੇ ਇਸ ਦੇ ਵਿੱਚ ਕਾਫੀ ਇੰਟਰਸਟਿੰਗ ਕੁਐਸਚਨ ਹੈ ਸਾਰੇ ਤੇ ਕੁਝ ਕੁਐਸਚਨ ਤੁਸੀਂ ਪਹਿਲੀ ਵਾਰ ਦੇਖੋਗੇ ਜੋ ਕਿ ਪੇਪਰ ਵਿੱਚ ਆ ਸਕਦੇ ਆ ਸੋ ਸਾਰੇ ਜਣੇ ਧਿਆਨ ਨਾਲ ਇਸ ਮੋਕ ਟੈਸਟ ਨੂੰ ਦਿਓ ਤੇ ਜੇ ਤੁਸੀਂ ਪੂਰੇ ਨੋਟਸ ਲੈਣਾ ਚਾਹੁੰਦੇ ਆ ਤਾਂ ਪੀਡੀਐਫ ਤੁਹਾਨੂੰ 250 ਦੇ ਵਿੱਚ ਮਿਲ ਜੂਗੀ ਠੀਕ ਹੈ ਮੇਰੇ ਨੰਬਰ ਦੇ ਉੱਤੇ ਮੈਸੇਜ ਕਰਕੇ ਪੀਡੀਐਫ ਲੈ ਸਕਦੇ ਆ ਇੱਕ ਵਾਰੀ ਪੀਡੀਐਫ ਦਿਖਾ ਦਿੰਨਾ ਕਾਂਸਟੇਬਲ ਵਾਲਿਆਂ ਲਈ ਸਪੈਸ਼ਲ ਪੀਡੀਐਫ ਬਣਾਈ ਗਈ ਹੈ ਜਿਸ ਦੇ ਵਿੱਚ A to Z ਸਿਲੇਬਸ ਕਵਰਡ ਮਿਲ ਜੂਗਾ ਤੁਹਾਨੂੰ ਠੀਕ ਹੈ 5 ਮੌਕ ਟੈਸਟ ਕਾਂਸਟੇਬਲ ਦੇ ਪੇਪਰ ਦੇ 10 ਮੌਕ ਟੈਸਟ ਪੰਜਾਬੀ ਦੇ ਪੇਪਰ ਦੇ ਤੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਇਸ ਪੀਡੀਐਫ ਚ ਬਿਲਕੁਲ ਫ੍ਰੀ ਮਿਲ ਜੂंगे 1200 ਤੋਂ ਟੋਟਲ ਪੇਜ ਹੈ ਠੀਕ ਹੈ ਸਿਲੇਬਸ ਦੇ ਵਿੱਚ ਜਿੰਨੇ ਵੀ ਟੌਪਿਕ ਆ ਸਾਰਿਆਂ ਮੈਥ ਰੀਜ਼ਨਿੰਗ ਦਾ ਸੋਲੂਸ਼ਨ ਵੀ ਮਿਲ ਜਾਊਗਾ ਇੰਗਲਿਸ਼ ਪੰਜਾਬੀ ਸਾਰੇ ਕੁਐਸਚਨ ਇਸ ਪੀਡੀਐਫ ਵਿੱਚ ਪਾਏ ਗਏ ਆ ਤੁਸੀਂ ਪੇਪਰ ਤੋਂ ਪਹਿਲਾਂ ਇਸ ਪੀਡੀਐਫ ਨੂੰ ਰੀਡ ਕਰਕੇ ਆਪਣੀ ਤਿਆਰੀ ਕਰ ਸਕਦੇ ਆ ਤੇ ਪੁਰਾਣੇ ਜਿਹੜੇ ਕੁਐਸਚਨ ਪੇਪਰ ਆ ਤੇ ਮੋਕ ਟੈਸਟ ਉਹਨਾਂ ਰਹੀਂ ਪ੍ਰੈਕਟਿਸ ਵੀ ਕਰ ਸਕਦੇ ਆ ਮੋਕ ਟੈਸਟਾਂ ਦਾ ਜਿਹੜਾ ਆਨਸਰ ਆ ਉਹ ਵੀ ਦਿੱਤਾ ਹੋਇਆ ਤੇ ਮੈਥ ਰੀਜ਼ਨਿੰਗ ਦਾ ਸੋਲੂਸ਼ਨ ਵੀ ਦਿੱਤਾ ਹੋਇਆ ਏ ਠੀਕ ਹੈ ਸੋ ਜੇ ਪੀਡੀਐਫ ਲੈਣੀ ਹੈ 250 ਦੇ ਵਿੱਚ ਤੁਹਾਨੂੰ ਇਹ ਪੀਡੀਐਫ ਮਿਲੂਗੀ ਨੰਬਰ ਦੇ ਉੱਤੇ ਮੈਸੇਜ ਕਰ ਲਓ 250 Google Pay PhonePe ਜਾਂ Paytm ਰਾਹੀਂ ਸੈਂਡ ਕਰਕੇ ਤੁਸੀਂ ਸਕਰੀਨਸ਼ਾਟ ਭੇਜ ਦਿਓ ਨਾਲ ਦੀ ਨਾਲੇ PDF ਮਿਲ ਜੂਗੀ ਚਲੋ ਹੁਣ ਸ਼ੁਰੂ ਕਰਦੇ ਆਪਾਂ ਮੌਕ ਟੈਸਟ ਨੂੰ ਹਰ ਸਾਲ ਸੰਵਿਧਾਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ ਠੀਕ ਹੈ ਸੋਚੋ ਇਸ ਦਾ ਆਨਸਰ ਕੀ ਹੋ ਸਕਦਾ ਹੈ ਬਿਨਾ ਤੁੱਕਾ ਲਗਾਏ ਤੁਹਾਡੇ ਕਿੰਨੇ ਆਨਸਰ ਸਹੀ ਹੁੰਦੇ ਆ 30 ਵਿੱਚੋਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੋ ਜੂਗਾ ਆਪਸ਼ਨ ਸੀ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ ਭਾਰਤ ਦੇ ਮੌਲਿਕ ਅਧਿਕਾਰ ਕਿਸ ਦੇਸ਼ ਤੋਂ ਲਏ ਗਏ ਹਨ ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਸਹੀ ਉੱਤਰ ਹੋ ਜੂਗਾ অপਸ਼ਨ A ਯੁਕਤਰਾਜ ਅਮਰੀਕਾ ਲੋਕ ਸਭਾ ਦੇ ਪਹਿਲੇ ਮਹਿਲਾ ਸਪੀਕਰ ਕੌਣ ਸਨ ਬਹੁਤ ਵਾਰੀ ਇਹ ਕੁਐਸਚਨ ਰਿਪੀਟ ਹੋ ਰਿਹਾ ਪੇਪਰਾਂ ਦੇ ਵਿੱਚ ਠੀਕ ਹੈ ਸੋ ਮੀਰਾ ਕੁਮਾਰ ਇਸ ਦਾ ਰਾਈਟ ਆਨਸਰ ਹੋ ਜੂਗਾ ਮੀਰਾ ਕੁਮਾਰ ਲੋਕ ਸਭਾ ਦੇ ਪਹਿਲੇ ਮਹਿਲਾ ਸਪੀਕਰ ਸਨ लोकसभा ਦੇ ਮੁਖੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦੇ ਹਨ? ਲੋਕਸਭਾ ਦੇ ਮੁਖੀ ਕਿਸ ਨੂੰ ਤਿਆਗ ਪੱਤਰ ਦਿੰਦੇ ਆ? ਸਹੀ ਉੱਤਰ ਹੋ ਜਾਊਗਾ ਉੱਪਰ ਸਪੀਕਰ ਨੂੰ। ਠੀਕ ਹੈ, ਲੋਕਸਭਾ ਦਾ ਮੁਖੀ ਮੁਖੀ ਜਾਨੀ ਕਿ ਲੋਕਸਭਾ ਦਾ ਸਪੀਕਰ। ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਕਿਸ ਨੇ ਸੇਵਾ ਨਵਾਈ? ਭਾਰਤ ਦੇ 14ਵੇਂ ਰਾਸ਼ਟਰਪਤੀ ਕੌਣ ਸਨ? ਦੱਸੋ ਕੌਣ ਹੈ 14ਵੇਂ ਰਾਸ਼ਟਰਪਤੀ? ਰਾਮਨਾਥ ਕੋਵਿੰਦ ਫਟਾਫਟ ਕਮੈਂਟ ਕਰਕੇ ਦੱਸ ਦਿਓ ਭਾਰਤ ਦੇ ਕਰੰਟਲੀ ਜੋ ਰਾਸ਼ਟਰਪਤੀ ਹੈ ਉਹ ਕੌਣ ਹੈ? ਸਾਰੇ ਜਣੇ ਕਮੈਂਟ ਕਰਕੇ ਦੱਸੋ। ਪੰਜਾਬ ਵਿੱਚ ਹੁਣ ਤੱਕ ਕਿੰਨੀ ਵਾਰੀ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਿਆ ਹੈ? ਇਹ ਕੁਐਸਚਨ ਵੀ ਆਉਂਦਾ ਬਹੁਤ ਵਾਰੀ। ਸਹੀ ਉੱਤਰ ਹੋ ਜੂਗਾ 8 ਵਾਰ। ਆਪਸ਼ਨ ਹੈ B ਤੇ ਪਹਿਲੀ ਵਾਰ ਕਦੋਂ ਲੱਗਿਆ 1951 ਦੇ ਵਿੱਚ। 1951 ਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਿਆ ਤੇ ਕਿਹੜੇ ਆਰਟੀਕਲ ਦੇ ਤਹਿਤ ਲੱਗਦਾ ਹੈ ਇਹ ਆਰਟੀਕਲ 35 ਠੀਕ ਹੈ ਰਾਸ਼ਟਰਪਤੀ ਸ਼ਾਸਨ ਆਰਟੀਕਲ 35 ਦੇ ਤਹਿਤ ਲੱਗਦਾ ਹੈ ਇਹ ਕੁਐਸਚਨ ਵੀ ਆ ਸਕਦਾ ਹੈ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਸ਼ਟਰਪਤੀ ਨੂੰ ਮਾਫੀ ਦੇਣ ਦਾ ਅਧਿਕਾਰ ਦਿੰਦਾ ਹੈ ਠੀਕ ਹੈ ਰਾਸ਼ਟਰਪਤੀ ਜੋ ਜਿਵੇਂ ਫਾਂਸੀ ਦੀ ਸਜ਼ਾ ਹੁੰਦੀ ਉਸ ਨੂੰ ਮਾਫ ਕਰ ਸਕਦਾ ਹੈ ਤਾਂ ਕਿਹੜੀ ਧਾਰਾ ਦੇ ਅਧੀਨ ਮaaf ਕਰ ਸਕਦਾ ਹੈ ਸਿਰਫ ਰਾਸ਼ਟਰਪਤੀ ਕੋਲ ਸ਼ਕਤੀ ਹੁੰਦੀ ਹੈ ਧਾਰਾ 72 ਨਿਸ਼ਾਨੇ ਪਾਕਿਸਤਾਨ ਪਾਕਿਸਤਾਨ ਦੇ ਸਰਬੋਤਮ ਨਾਗਰਿਕ ਸਨਮਾਨ ਨਾਲ ਸਨਮਾਨਿਤ ਭਾਰਤ ਦੇ ਇਕਲੋਤੇ ਪ੍ਰਧਾਨ ਮੰਤਰੀ ਕੌਣ ਸਨ ਸਹੀ ਉੱਤਰ ਹੋ ਜੂਗਾ অপਸ਼ਨ ਸੀ ਮੋਰਾਰਾਜੀ ਦੇਸਾਈ ਠੀਕ ਹੈ ਜਿਵੇਂ ਇੰਡੀਆ ਦੇ ਵਿੱਚ ਭਾਰਤ ਰਤਨ ਸਭ ਤੋਂ ਉੱਚਾ ਅਵਾਰਡ ਹੈ ਉਸੀ ਤਰ੍ਹਾਂ ਨਿਸ਼ਾਨੇ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਸਭ ਤੋਂ ਉੱਚਾ ਵਾਰਡ ਹੈ ਤੇ ਇਹ ਅ ਮੋਰਾ ਰਾਜੀ ਦਸਾਈ ਨੂੰ ਮਿਲਿਆ ਹੋਇਆ ਪਾਕਿਸਤਾਨ ਦਾ ਸਭ ਤੋਂ ਉੱਚਾ ਵਾਰਡ ਭਾਰਤ ਦੇ ਸੰਵਿਧਾਨ ਦੀ 8 ਲਿਖਿਆ ਧਰਾਵਾਂ ਵਿੱਚੋਂ ਕਿਹੜੀ ਕਸ਼ੂਤ ਸ਼ਾਦੀ ਮਨਾਹੀ ਕਰਦੀ ਹੈ ਬਹੁਤ ਵਾਰੀ ਇਹ ਕੁਸ਼ਨ ਆਉਂਦਾ ਹੈ ਯਾਦ ਰੱਖ ਲਿਓ ਠੀਕ ਹੈ ਜੇ ਨਹੀਂ ਪਤਾ ਸਹੀ ਉੱਤਰ ਹੈ 17 ਠੀਕ ਹੈ ਇਸ ਪ੍ਰਧਾਨ ਮੰਤਰੀ ਦੀ ਜਨਮ ਬਰੇਗੰਡ ਨੂੰ ਸਤਿਭਾਵਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਕ ਵਸ਼ਨ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਕਿਹੜੇ ਪ੍ਰਧਾਨ ਮੰਤਰੀ ਦੀ ਜਨਮ ਬਰੇਗੰਡ ਨੂੰ ਸਤਿਭਾਵਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ? ਇਸ ਦਾ ਰਾਈਟ ਆਨਸਰ ਹੋ ਜੂਗਾ। ਅਰਾਜੀਵ ਗਾਂਧੀ ਠੀਕ ਹੈ। ਰਜੀਵ ਗਾਂਧੀ ਇਸ ਦਾ ਰਾਈਟ ਆਨਸਰ ਹੋ ਜੂਗਾ। ਨੈਕਸਟ ਹੈ ਕਵੈਸਚਨ ਨੰਬਰ 11 ਖਾਲਸਾ ਦਿਵਾਨ ਬਣਾਉਣ ਵਿੱਚ ਕਿਸ ਨੇ ਐਮ ਭੂਮਿਕਾ ਨਿਭਾਈ ਸਹੀ ਉੱਤਰ ਹੋ ਜੂਗਾ ਭਾਈ ਬੀਰ ਸਿੰਘ ਠੀਕ ਹੈ ਭਾਈ ਬੀਰ ਸਿੰਘ ਰਾਈਟ ਆਨਸਰ ਹੋ ਜੂਗਾ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਪੰਜਾਬ ਦਾ ਆਖਰੀ ਸਿੱਖ ਬਾਦਸ਼ਾਹ ਕੌਣ ਸੀ ਬਹੁਤ ਵਾਰੀ ਇਹ ਕੁਐਸਚਨ ਆਉਂਦਾ ਪੇਪਰਾਂ ਦੇ ਵਿੱਚ ਬਹੁਤ ਜ਼ਿਆਦਾ ਚਾਂਸ ਹੈ ਕਿ ਆਊਗਾ ਮਹਾਰਾਜਾ ਦਲੀਪ ਸਿੰਘ ਕਿਸ ਦਰਿਆ ਨੂੰ ਪੰਜਾਬ ਦਾ ਦੁੱਖ ਕਿਹਾ ਜਾਂਦਾ ਹੈ ਇਸ ਦਾ ਆਨਸਰ ਸਰੇਖ ਨੂੰ ਪਤਾ ਹੀ ਹੋਊਗਾ ਠੀਕ ਹੈ ਕੱਗਰ ਦਰਿਆ ਜਿਸ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਠੀਕ ਹੈ ਸੋ ਇਹ ਮੌਸਮੀ ਦਰਿਆ ਹੈ ਜਦੋਂ ਮੀਂਹ ਜਾਂਦਾ ਪੈਂਦੇ ਆ ਤਾਂ ਇਸ ਦੇ ਵਿੱਚ ਪਾਣੀ ਆਉਂਦਾ ਠੀਕ ਹੈ ਮੌਸਮੀ ਦਰਿਆ ਕਿਹੜਾ ਪੰਜਾਬ ਦਾ ਇਹ ਵੀ ਕੁਐਸਚਨ ਬਣਦਾ ਤਾਂ ਇਸ ਦਾ ਰਾਈਟ ਆਨਸਰ ਹੋ ਜੂਗਾ ਕੱਗਰ ਸਤਲੂਜ ਬਿਆਸ ਰਾਵੀ ਇਹ ਜਿਹੜੇ ਦਰਿਆ ਆ ਇਹ ਮੌਸਮੀ ਦਰਿਆ ਨਹੀਂ ਹੈ ਭਾਰਤ ਦੇ ਵਿੱਚ ਮੁਗਲ ਸਾਮਰਾਜ ਦਾ ਮੋਢੀ ਕੌਣ ਸੀ ਮੁਗਲ ਸਾਮਰਾਜ ਦਾ ਮੋਢੀ ਕੌਣ ਸੀ ਮੁਗਲ ਸਾਮਰਾਜ ਦਾ ਮੋਢੀ ਕੌਣ ਸੀ ਭਾਰਤ ਦੇ ਵਿੱਚ ਇਸ ਦਾ ਰਾਈਟ ਆਨਸਰ ਹੋ ਜਾਊਗਾ ਜਹੀਰੂਦੀਨ ਮੁਹੰਮਦ ਜਹੀਰੂਦੀਨ ਮੁਹੰਮਦ ਰਾਈਟ ਆਨਸਰ ਹੋ ਜਾਊਗਾ অপਸ਼ਨ ਬੀ ਠੀਕ ਹੈ ਜਣੇ ਕਿ ਬਾਬਰ ਬਾਬਰ ਦਾ ਪੂਰਾ ਨਾਮ ਸੀ ਜ਼ਹੀਰ ਉਦਦੀਨ ਮੁਹੰਮਦ ਭਾਰਤ ਪਾਕਿਸਤਾਨ ਵੰਡ ਸਵੇ ਪੰਜਾਬ ਦਾ ਰਾਜਪਾਲ ਕੌਣ ਸੀ ਸਹੀ ਉੱਤਰ ਹੋ ਜੂਗਾ অপਸ਼ਨ A ਸਰ ਇਵਾਨ ਮੈਰੀਡੀਥ ਜੇਨਕਿਸ ਪੰਜਾਬ ਉੱਤੇ ਰਾਜ ਕਰਨ ਵਾਲਾ ਪਹਿਲਾ ਰਾਜ ਕਿਹੜਾ ਸੀ ਕਿਹੜਾ ਸਾਮਰਾਜ ਸੀ ਪਹਿਲਾ ਰਾਜ ਕਰਨ ਵਾਲਾ ਪੰਜਾਬ ਦੇ ਉੱਤੇ ਮੋਰੀਆ ਸਾਮਰਾਜ অপਸ਼ਨ এ রাইਟ ਆਨਸਰ ਹੋ ਜੂਗਾ 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਬਹੁਤ ਵਾਰੀ ਆਉਂਦਾ ਕੁਐਸਚਨ ਇਹ ਗਿਆਨੀ ਗੁਰਮਖ ਸਿੰਘ ਮੁਸਾਫਿਰ অপਸ਼ਨ b ਅੰਗਰੇਜ਼ਾਂ ਦੇ ਦੀਨ ਆਉਣ ਵਾਲਾ ਪੰਜਾਬ ਦਾ ਪਹਿਲਾ ਕਿਹੜਾ ਸੂਬਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਅੰਗਰੇਜ਼ਾਂ ਦੇ ਦੀਨ ਕਿਹੜਾ ਸੁਭਾਇਸੀ ਲਾਹੌਰ ਰਾਈਟ ਆਨਸਰ ਹੋ ਜੂਗਾ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁਖ ਕੈਸਾ ਪਾਵੇ ਇਹ ਸ਼ਬਦ ਕਿਸ ਦੇ ਹਨ ਸਹੀ ਉੱਤਰ ਹੋ ਜੂਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਇਹ 17 ਹਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ਰਾਈਟ ਆਨਸਰ ਹੋ ਜੂਗਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਪੰਜਵੀਆਂ ਖੇਲੋ ਇੰਡੀਆ ਜੂਥ ਗੇਮ ਚ 2022 ਦਾ ਮੇਜ਼ਬਾਨ ਕਿਹੜਾ ਸ਼ਹਿਰ ਹੈ ਇਸ ਦਾ ਰਾਈਟ ਆਨਸਰ ਹੋ ਜੂਗਾ ਪੋਪਾਲ অপਸ਼ਨ ਹੈ ਬੀ ਗਣਤੰਤਰ ਦਿਵਸ ਸਮਾਰੋਹ ਦੇ ਅੰਤ ਨੂੰ ਦਰਸਾਉਣ ਵਾਲਾ ਹੈ ਦਰਸਾਉਣ ਵਾਲੇ ਸਮਾਰੋਹ ਦਾ ਨਾਮ ਕੀ ਹੈ ਗਣਤੰਤਰ ਦਿਵਸ ਜਦੋਂ ਹੁੰਦਾ ਹੈ ਠੀਕ ਹੈ ਇਸ ਦੇ ਅਲੱਗ-ਅਲੱਗ ਫੰਕਸ਼ਨ ਚੱਲਦੇ ਆ ਤਾਂ ਐਂਡ ਤੇ ਜਿਹੜਾ ਫੰਕਸ਼ਨ ਜਿਹੜਾ ਸਮਰੋਹ ਆਉਂਦਾ ਹੈ ਉਸ ਦਾ ਨਾਮ ਕੀ ਹੈ ਬੀਟਿੰਗ ਰਟਰੀਟ ਸਮਰੋਹ ਹੋ ਸਕਦਾ ਇਹ ਕੁਐਸਚਨ ਤੁਸੀਂ ਪਹਿਲੀ ਵਾਰ ਦੇਖਿਆ ਹੋਊਗਾ ਪਰ ਕਾਫੀ ਇੰਪੋਰਟੈਂਟ ਹੈ ਕਿਹੜਾ ਰਾਜ ਯੂਟੀ ਸੂਰਜਕੰਡ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਮੇਲੇ ਦਾ ਮੇਜ਼ਬਾਨ ਹੈ ਕਰੰਟ ਅਫੇਅਰ ਦਾ ਕੁਐਸਚਨ ਹੈ ਸਹੀ ਉੱਤਰ ਹੋ ਜੂਗਾ ਹਰਿਆਣਾ ਆਪਸ਼ਨ ਹੈ ਬੀ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕਿਹੜੇ ਦੇਸ਼ ਵਿੱਚ ਖੰਗ ਦੇ ਸਿਰਫ ਕਾਰਨ 300 ਬੱਚਿਆਂ ਦੀ ਮੌਤ ਹੋਈ ਹੈ ਰਾਈਟ ਆਨਸਰ ਹੋ ਜੂਗਾ ਇੰਡੀਆ ਭਾਰਤ ਦੇ ਵਿੱਚ ਇਹ ਡੈਥ ਬੱਚਿਆਂ ਦੀ ਹੋਈ ਹੈ WHO ਦੇ ਅਨੁਸਾਰ 15ਵੀਂ ਸਦੀ ਦੇ ਭਗਤੀ ਲਹਿਰ ਦੇ ਕਿਸ ਕਵੀ ਅਤੇ ਸੰਤ ਦਾ ਜਨਮ ਹਾਰ ਸਾਲ ਫਰਵਰੀ ਵਿੱਚ ਮਨਾਇਆ ਜਾਂਦਾ ਹੈ ਸਹੀ ਉੱਤਰ ਹੋ ਜੂਗਾ ਗੁਰੂ ਰਵਿਦਾਸ ਜੀ অপਸ਼ਨ A ਪੀਕੇ ਰੋਜੀ ਜਿਸ ਨੂੰ Google Doodle ਵਿੱਚ ਸਨਮਾਨਿਤ ਕੀਤਾ ਗਿਆ ਸੀ ਕਿਹੜੀ ਭਾਸ਼ਾ ਵਿੱਚ ਪਹਿਲੀ ਅਭਿਨੇਤਰੀ ਸੀ ਸਹੀ ਉੱਤਰ ਹੋ ਜੂਗਾ ਮਲਿਆਲਮ অপਸ਼ਨ ਬੀ ਕਿਹ ਸੰਸਥਾ ਨੇ ਸਪਾਰਕ ਵਰਚੁਅਲ ਸਪੇਸ ਟੈਕ پارک ਦਾ ਲਾਂਚ ਕੀਤਾ ਹੈ ਰਾਈਟ ਆਨਸਰ ਹੋ ਜੂਗਾ ਇਸਰੋ ਚੰਦਰਯਾਨ 3 ਮਿਸ਼ਨ ਦੇ ਲਾਂਚ ਲਈ ਕਿਹੜੇ ਰਾਕੇਟ ਦੀ ਵਰਤੋਂ ਕੀਤੀ ਗਈ ਠੀਕ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਚੰਦਰਯਾਨ ਨਾਲ ਰਿਲੇਟਡ ਮੈਂ ਇੱਕ ਕਲਾਸ ਵੀ ਪਾਈ ਹੋਈ ਹੈ ਠੀਕ ਹੈ ਉਸ ਦੇ ਵਿੱਚੋਂ ਜਰੂਰ ਤੁਹਾਨੂੰ ਕੁਐਸਚਨ ਆਉਣਗੇ ਸਹੀ ਉੱਤਰ ਹੋ ਜੂਗਾ ਐਲਬੀਐਮ 3 ਆਪਸ਼ਨ ਹੈ ਬੀ ਪਹਿਲੀ ਪੀੜੀ ਦੇ ਕੰਪਿਊਟਰਾਂ ਵਿੱਚ ਡੈਸ਼ ਭਾਸ਼ਾ ਵਰਤੀ ਗਈ ਕਿਹੜੀ ਭਾਸ਼ਾ ਵਰਤੀ ਗਈ ਮਸ਼ੀਨ ਲੈਂਗੁਏਜ ਵਰਤੀ ਗਈ ਫਰਸਟ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੰਪਿਊਟਰ ਵਿੱਚ ਡਾਟਾ ਦੀ ਸਭ ਤੋਂ ਛੋਟੀ ਯੂਨਿਟ ਕਿਹੜੀ ਹੈ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਸਹੀ ਉੱਤਰ ਹੋ ਜੂਗਾ ਬਿਟ ਠੀਕ ਹੈ ਬਿਟ ਸਭ ਤੋਂ ਛੋਟੀ ਯੂਨਿਟ ਹੈ ਜੇ ਤੁਸੀਂ ਨੋਟਸ ਲੈਣੇ ਆ ਨੰਬਰ ਦੇ ਉੱਤੇ ਮੈਸੇਜ ਕਰਕੇ ਨੋਟਸ ਲੈ ਸਕਦੇ ਆ ਸਕਰੀਨਸ਼ਾਟ ਲੈ ਲਓ ਠੀਕ ਹੈ ਨੰਬਰ ਜੋ ਸਕਰੀਨ ਦੇ ਉੱਤੇ ਆ ਰਿਹਾ ਹੈ اسی ਤਰ੍ਹਾਂ ਤੁਹਾਡੀਆਂ ਕਲਾਸਾਂ ਅਤੇ ਮੌਕ ਟੈਸਟ ਦਿੱਲੀ ਲੈਂਦੇ ਰਹਿਾਂਗੇ ਇਸ ਚੈਨਲ ਦੇ ਉੱਤੇ ਧੰਨਵਾਦ